ਹੁਣ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਵੀ ਸੁਰੱਖਿਅਤ ਨਹੀਂ ਹੈ। ਲੁਟੇਰਿਆਂ ਨੇ ਮਹਿਲਾ ਕਾਂਸਟੇਬਲ ਨੂੰ ਹੀ ਆਪਣਾ ਸ਼ਿਕਾਰ ਬਣਾਇਆ। ਐਕਟਿਵਾ 'ਤੇ ਮਹਿਲਾ ਕਾਂਸਟੇਬਲ ਡਿਊਟੀ ਤੋਂ ਬਾਅਦ ਘਰ ਨੂੰ ਜਾ ਰਹੀ ਸੀ ਅਤੇ ਪਿੱਛੋਂ ਦੋ ਲੁਟੇਰੇ ਐਕਟਿਵਾ 'ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਮਹਿਲਾ ਦਾ ਮੰਗਲ ਸੂਤਰ ਲੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਡਿਊਟੀ ਤੋਂ ਬਾਅਦ ਘਰ ਨੂੰ ਜਾ ਰਹੀ ਮਹਿਲਾ ਕਾਂਸਟੇਬਲ ਦੇ ਨਾਲ ਲੁੱਟ ਦੀ ਵਾਰਦਾਤ ਹੋਈ। ਰਾਹ ਦੇ ਵਿਚਾਲੇ ਹੀ ਐਕਟਿਵਾ 'ਤੇ ਜਦ ਮਹਿਲਾ ਕਾਂਸਟੇਬਲ ਘਰ ਨੂੰ ਜਾ ਰਹੀ ਸੀ ਤਾਂ ਪਿੱਛੋਂ ਦੋ ਲੁਟੇਰੇ ਐਕਟਿਵਾ 'ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਫਿਰ ਅੱਗੇ ਜਾ ਕੇ ਮਹਿਲਾ ਤੋਂ ਉਸਦਾ ਜੋ ਮੰਗਲ ਸੂਤਰ ਉਸਨੇ ਪਾਇਆ ਹੋਇਆ ਸੀ ਉਸਨੂੰ ਲੁੱਟ ਲੈਂਦੇ ਨੇ, ਜਿਸ ਤੋਂ ਬਾਅਦ ਮਹਿਲਾ ਦਾ ਜੋ ਸੰਤੁਲਨ ਹੈ ਉਹ ਵਿਗੜਦਾ ਐਕਟਿਵਾ ਤੋਂ, ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਜਾਂਦੇ ਨੇ। ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਪੁਲਿਸ ਦੇ ਨਾਲ ਹੀ ਚੋਰਾਂ ਨੇ ਜੋ ਲੁੱਟ ਹੈ ਉਹ ਕੀਤੀ ਹੈ। ਹਾਲਾਂਕਿ ਅਕਸਰ ਪੰਜਾਬ ਪੁਲਿਸ ਲੋਕਾਂ ਲਈ ਹਿਫਾਜ਼ਤ ਦੇ ਲਈ ਜਾਣੀ ਜਾਂਦੀ ਹੈ, ਪਰ ਹੁਣ ਲੁਟੇਰਿਆਂ ਨੇ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਦੇ ਨਾਲ ਹੀ ਲੁੱਟ ਕੀਤੀ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਮੌਕੇ ਤੋਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਮਹਿਲਾ ਕਾਂਸਟੇਬਲ ਸਿਵਲ ਵਰਦੀ ਦੇ ਵਿੱਚ ਘਰ ਨੂੰ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ ਅਤੇ ਪਿੱਛੋਂ ਦੋ ਲੁਟੇਰੇ ਐਕਟਿਵਾ 'ਤੇ ਹੀ ਆਉਂਦੇ ਨੇ ਅਤੇ ਅੱਗੇ ਜਾ ਕੇ ਮਹਿਲਾ ਤੋਂ ਉਸਦਾ ਜੋ ਮੰਗਲ ਸੂਤਰ ਹੈ ਉਹ ਖੋਹਦੇ ਨੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਅਤੇ ਜਿਵੇਂ ਹੀ ਉਹ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਮਹਿਲਾ ਐਕਟਿਵਾ 'ਤੇ ਬੈਠੀ ਹੁੰਦੀ ਹੈ, ਜਿਸ ਤੋਂ ਬਾਅਦ ਉਸਦਾ ਸੰਤੁਲਨ ਵਿਗੜਦਾ, ਉਹ ਹੇਠਾਂ ਡਿੱਗਦੀ ਹੈ ਅਤੇ ਮੌਕੇ ਤੋਂ ਹੀ ਜੋ ਲੁਟੇਰੇ ਸੀ ਉਹ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਾਂਸਟੇਬਲ ਦੀ ਕੰਪਲੇਂਟ ਆਈ ਸੀ ਕਿ ਉਹਦੀ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ 'ਤੇ ਉਹਦੀ ਜਿਹੜੀ ਹੈਗੀ ਹੈ ਗੋਲਡ ਚੈਨ ਪਾਈ ਹੋਈ ਸੀ ਮੰਗਲ ਸੂਤਰ, ਉਹ ਖੋਹ ਕੇ ਲੈ ਗਏ। ਉਹ ਸਿਵਲ ਕੱਪੜਿਆਂ 'ਚ ਸੀਗੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣੇ, ਅਤੇ ਉਹਦੀ ਕੰਪਲੇਂਟ 'ਤੇ ਆਪਾਂ FIR ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਹੈ। ਹਾਂਜੀ ਹਾਂਜੀ, CCTV ਫੁਟੇਜ ਦੇ ਬੇਸਿਸ 'ਤੇ ਆਪਾਂ ਫੜੇ ਹੈ ਤਿੰਨ ਬੰਦੇ, ਇਹਦੇ 'ਚ ਆਪਾਂ ਫੜੇ ਅਰੈਸਟ ਕੀਤੇ ਹੈ। ਉਹਨਾਂ ਤੋਂ ਆਪਾਂ ਨੂੰ ਵਾਰਦਾਤ 'ਚ ਵਰਤੀ ਗਈ ਐਕਟਿਵਾ, ਇੱਕ ਕਮਾਨੇਦਾਰ ਚਾਕੂ ਅਤੇ ਇੱਕ ਖੰਡਾ ਬਰਾਮਦ ਹੋਇਆ ਅਤੇ ਉਹਨਾਂ ਨੂੰ ਪੇਸ਼ ਕਰਕੇ ਪੇਸ਼ ਕਰਨ ਵਾਸਤੇ ਲੈ ਗਏ ਹਾਂ। ਰਿਮਾਂਡ ਹਾਸਲ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊ। ਇਹ 28 ਤਰੀਕ ਸ਼ਾਮੀ 6 ਵਜੇ ਦਾ ਟਾਈਮ ਸੀ, 6:30 ਵਜੇ ਦਾ। ਇਹ ਆਪਣੇ ਉੱਧਰ ਮੈਰੀਟੋਰੀਅਸ ਸਕੂਲ ਦੇ ਆਸ ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ। ਅਤੇ ਹਾਂਜੀ, ਜਿਹੜੇ ਸਾਡੇ ਲੇਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ 'ਤੇ ਆਪਣੀ ਐਕਟਿਵਾ 'ਤੇ ਸਿਵਲ ਕੱਪੜਿਆਂ 'ਚ ਘਰ ਵਾਪਸ ਜਾ ਰਹੇ ਸੀ ਅਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਹੋਣਾ, ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਝਪੱਟਾ ਮਾਰ ਕੇ ਉਹਨੂੰ ਖੋਹ ਕੇ ਲੈ ਗਏ। ਉਹ ਐਕਚੁਲੀ ਉਹਨਾਂ ਦਾ ਥੋੜ੍ਹਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ, ਉਹ ਥੋੜ੍ਹਾ ਜਿਹਾ ਉਹਨਾਂ ਦੀ ਐਕਟਿਵਾ ਡਗਮਗਾ ਕੇ ਇੱਕ ਪਾਸੇ ਨੂੰ ਟੇਢੀ ਹੋ ਕੇ ਡਿੱਗ ਗਈ ਸੀ, ਧੱਕਾ ਮੁੱਕੇ ਕੋਈ ਨਹੀਂ ਹੋਈ, ਇਹ ਜਲਦੀ ਨਾਲ ਫਿਰ ਨਿਕਲ ਗਏ। ਨਹੀਂ, ਸੱਟਾਂ ਤੋਂ ਬਚਾਅ ਹੋ ਗਿਆ ਜੀ, ਸੱਟਾਂ ਨਹੀਂ ਕੋਈ ਵੀ ਲੱਗੀਆਂ ਹੈਗੀਆਂ। ਹਾਂਜੀ ਹਾਂਜੀ, ਮੇਰਾ ਥਾਣੇ ਪੈਂਦਾ ਜੀ, ਮੇਰੇ ਥਾਣੇ FIR ਦਰਜ ਹੋਈ।